ਬਚਿੰਤ ਕੌਰ ਦੀ ਲਿਖੀ ਪੁਸਤਕ ਕਾਗਜ਼ ਕਲਮ ਤੇ ਚਿੱਤਰ ਦਾ ਅਗਲਾ ਲੇਖ ਹੈ। ਇੱਕ ਪਾਠਕ ਬਚਿੰਤ ਕੌਰ। ਕੁਲਵੰਤ ਸਿੰਘ ਵਿਰਕ ਦੀ ਸਾਹਿਤਿਕ ਦੇਣ ਬਾਰੇ ਕੋਈ ਵੀ ਸ਼ਬਦ ਲਿਖਣ ਤੋਂ ਪਹਿਲਾਂ ਉਹਦੀ ਕਲਮ ਅੱਗੇ ਮੈਂ ਆਪਣਾ ਮਸਤਕ ਝੁਕਾਉਂਦੀ ਹਾਂ। ਮੈਂ ਇਸ ਸਤਰਾਂ ਇੱਕ ਪਾਠਕ ਵੱਲੋਂ ਲਿਖ ਰਹੀ ਹਾਂ, ਨਾ ਕਿ ਲੇਖਿਕਾ ਬਚਿੰਤ ਕੌਰ ਵੱਲੋਂ। ਮੈਂ ਅੱਜ ਤੋਂ ਕੋਈ 4 ਦਹਾਕੇ ਪਹਿਲਾਂ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਆਪਣੇ ਇਮਤਿਹਾਨਾਂ ਦੇ ਕੋਰਸਾਂ 'ਚ ਅਕਸਰ ਪੜ੍ਹਦੀ ਰਹੀ ਹਾਂ, 10ਵੀਂ 'ਚ, ਗਿਆਨੀ 'ਚ ਅਤੇ MA ਪੰਜਾਬੀ ਕਰਨ ਵੇਲੇ। ਬਹੁਤ ਸਾਰੇ ਕਹਾਣੀਕਾਰਾਂ ਨੂੰ ਉਸ ਵੇਲੇ ਮੇਰੇ ਲਈ ਪੜ੍ਹਨਾ ਬਹੁਤ ਜ਼ਰੂਰੀ ਸੀ, ਕਿਉਂਕਿ ਇਮਤਿਹਾਨ 'ਚ ਜੋ ਬੈਠਣਾ ਹੁੰਦਾ ਹੈ। ਅੱਜ ਮੇਰੇ ਸਾਹਮਣੇ ਇੱਕ ਨਵੇਂ ਤਰੀਕੇ ਦਾ ਇਮਤਿਹਾਨ ਹੈ, ਉਹ ਇਹ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੈਂ ਵਿਰਕ ਸਾਹਿਬ ਦੀ ਕਹਾਣੀ ਖੱਬਲ ਬਾਰੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਕੁਝ ਲਿਖਾਂ। ਮੈਂ ਵਿਰਕ ਸਾਹਿਬ ਦੀ ਇਸ ਕਹਾਣੀ ਖੱਬਲ ਬਾਰੇ ਕੁਝ ਆਲੋਚਨਾਤਮਕ ਲਿਖਣ ਤੋਂ ਤਾਂ ਇਸ ਵੇਲੇ ਅਸਮਰਥ ਹਾਂ, ਕਿਉਂਕਿ ਸਮੇਂ ਨੇ ਮੈਨੂੰ ਡਾਹ ਨਹੀਂ ਦਿੱਤੀ ਤਾਂ ਕਿ ਮੈਂ ਇਹ ਕਹਾਣੀ ਲੱਭ ਕੇ ਉਹਨੂੰ ਪੜ੍ਹ ਕੇ ਉਸ ਬਾਰੇ ਲਿਖ ਸਕਦੀ। ਸੋ ਮੈਂ ਕੁਲਵੰਤ ਸਿੰਘ ਵਿਰਕ ਦੀ ਸਮੁੱਚੀ ਕਹਾਣੀ ਕਲਾ ਬਾਰੇ ਪਾਠਕਾਂ ਤੱਕ ਆਪਣੀਆਂ ਭਾਵਨਾਵਾਂ ਜ਼ਰੂਰ ਪਹੁੰਚਾਉਣਾ ਚਾਹੁੰਦੀ ਹਾਂ, ਜਿਸ 'ਚ ਕੁਝ ਕੁ ਗੱਲਾਂ ਮੈਂ ਸਿਰਫ ਇੱਕ ਪਾਠਕ ਵੱਲੋਂ ਹੀ ਲਿਖ ਰਹੀ ਹਾਂ। ਪਹਿਲੀ ਗੱਲ ਇਹ ਕਿ ਪੰਜਾਬੀ ਕਹਾਣੀ ਕਲਾ ਖੇਤਰ 'ਚ ਪਿੰਡਾਂ 'ਚ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਉੱਤੇ ਆਧਾਰਿਤ ਜੋ ਵੀ ਵਿਸ਼ੇ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ 'ਚ ਚੁਣੇ, ਉਹ ਪਿੰਡਾਂ 'ਚ ਰਹਿੰਦੇ ਲਗਭਗ ਹਰ ਬੰਦੇ ਦੇ ਜੀਵਨ ਨਾਲ ਸੰਬੰਧਿਤ ਰਹੇ ਹਨ। ਦੂਜੀ ਗੱਲ, ਕੁਲਵੰਤ ਸਿੰਘ ਵਿਰਕੀ ਇਸ ਸਮੇਂ ਦਾ ਇੱਕ ਐਸਾ ਕਹਾਣੀਕਾਰ ਸੀ ਜੋ ਪੇਂਡੂ ਪਾਤਰ ਉਸਾਰੀ ਕਰਦਾ ਧੁਰ ਉਹਨਾਂ ਦੇ ਅੰਤਰੀਵ ਤੱਕ ਉਤਰ ਕੇ ਪਾਤਰ ਚਿਤਰਨ ਕਰਨ ਦੀ ਸਮਰੱਥਾ ਰੱਖਦਾ ਸੀ। ਜਿਵੇਂ ਉਹਦੀ ਕਹਾਣੀ ਧਰਤੀ ਹੇਠਲਾ ਬਲਦ ਦੀ ਉਦਾਹਰਨ ਸਾਡੇ ਸਾਹਮਣੇ ਹੈ। ਤੀਜੀ ਗੱਲ ਇਹ ਕਿ ਕੁਲਵੰਤ ਸਿੰਘ ਵਿਰਕ ਨੂੰ ਸਿਰਫ ਪੇਂਡੂ ਜੀਵਨ ਨਾਲ ਸੰਬੰਧਿਤ ਕਹਾਣੀਆਂ ਲਿਖਣ ਵਿੱਚ ਹੀ ਮਹਾਰਤ ਹਾਸਲ ਨਹੀਂ ਸੀ, ਸਗੋਂ ਸ਼ਹਿਰੀ ਜੀਵਨ, ਸ਼ਹਿਰੀ ਪਾਤਰ, ਸ਼ਹਿਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਲਿਖਣ 'ਚ ਵੀ ਉਨੀ ਕਮਾਲ ਹਾਸਲ ਸੀ ਜਿੰਨਾ ਕਿ ਪੇਂਡੂ ਜੀਵਨ ਬਾਰੇ ਕਹਾਣੀਆਂ ਲਿਖਣ 'ਚ। ਉਦਾਹਰਨ ਲਈ ਉਹਦੀ ਕਹਾਣੀ ਰਸ ਭਰਿਆਂ ਮੇਰੇ ਜ਼ਿਹਨ 'ਚ ਅਜੇ ਤੱਕ ਜਿਉਂ ਦੀ ਤਿਉਂ ਤੈਰ ਰਹੀ ਹੈ, ਜੋ ਕਿ ਮੈਂ ਕੋਈ 20-25 ਵਰੇ ਪਹਿਲਾਂ ਗਿਆਨੀ ਦੇ ਕੋਰਸ 'ਚ ਪੜ੍ਹੀ ਸੀ। ਚੌਥੀ ਗੱਲ ਜੋ ਮੈਂ ਕਹਿਣਾ ਚਾਹੁੰਦੀ ਹਾਂ ਉਹ ਇਹ ਕਿ ਵਿਰਕ ਦੀ ਕਹਾਣੀ ਕਲਾ ਦੀ ਇੱਕ ਆਪਣੀ ਵੱਖਰੀ ਪਹਿਚਾਣ ਹੈ, ਇੱਕ ਵਿਲੱਖਣਤਾ ਹੈ ਜੋ ਮੂਲੋਂ ਹੀ ਆਪਣੇ ਸਮਕਾਲੀ ਕਹਾਣੀਕਾਰਾਂ ਤੋਂ ਵੱਖਰੀ ਤੇ ਅੱਡਰੀ ਹੈ। ਉਹਦੀਆਂ ਕਹਾਣੀਆਂ ਵਿੱਚਲੀ ਉਤਸੁਕਤਾ, ਸੰਖੇਪਤਾ, ਸਰਲਤਾ ਤੇ ਖਾਸ ਕਰਕੇ ਉਹਦੇ ਪਾਤਰਾਂ ਦੀ ਬੋਲੀ, ਵਿਰਕ ਦੀ ਕਹਾਣੀ ਕਲਾ ਦੇ ਵਿਸ਼ੇਸ਼ ਗੁਣ ਜੋ ਉਹਦੀ ਹਰ ਰਚਨਾ 'ਚ ਮਿਲਦੇ ਹਨ। ਉਹਦੀ ਕਿਸੇ ਵੀ ਕਹਾਣੀ ਨੂੰ ਲੈ ਲਓ, ਪਾਠਕ ਕਿਧਰੇ ਵੀ ਕਿਸੇ ਪ੍ਰਕਾਰ ਦਾ ਅਕੇਵਾਂ ਮਹਿਸੂਸ ਨਹੀਂ ਕਰਦਾ। ਅੰਤ 'ਚ ਮੈਂ ਥੋੜ੍ਹੇ ਸ਼ਬਦਾਂ 'ਚ ਕਹਾਂਗੀ, ਕੁਲਵੰਤ ਸਿੰਘ ਵਿਰਕ ਅਜੋਕੀ ਪੰਜਾਬੀ ਕਹਾਣੀ ਕਲਾ ਖੇਤਰ ਵਿੱਚ ਸਾਡਾ ਮੋਪਾਸਾ ਵੀ ਹੈ ਤੇ ਚੈਖਵ ਵੀ। ਧੰਨਵਾਦ।